ਦਾਸ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਈ ਹੋਈ ਬਰਾਤ ਦਾ ਮੈਂ ਪ੍ਰਸ਼ਾਸਨ ਵੱਲੋਂ ਨਾਕਾ ਬਿਆਸ ਹਾਰਦਿਕ ਸਵਾਗਤ ਕਰਦਾ। ਮੈਂ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਬਰਾਤ ਉਤਸਵ ਦੀਆਂ ਵਧਾਈਆਂ ਦਿੰਦਾ ਔਰ ਆਪਣੇ ਜ਼ਿਲ੍ਹੇ ਵਿੱਚ ਆਉਣ 'ਤੇ ਜੀਆਂ ਆਖਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਜਿਵੇਂ ਹੀ ਗੁਰੂ ਸਾਹਿਬ ਦੀ ਬਰਾਤ ਪਹੁੰਚੀ, ਪੁਲਿਸ ਪ੍ਰਸ਼ਾਸਨ ਨੇ ਸਲਾਮੀ ਦੇ ਕੇ ਆਪਣਾ ਫਰਜ਼ ਅਦਾ ਕੀਤਾ ਔਰ ਹਾਰਦਿਕ ਸਵਾਗਤ ਕੀਤਾ ਕਿ ਸਾਡੇ ਜ਼ਿਲ੍ਹੇ ਵਿੱਚ ਗੁਰੂ ਜੀ ਦੀ ਬਰਾਤ ਆਈ ਹੈ। ਕਿੱਥੋਂ ਤੱਕ ਪੰਜਾਬ ਪੁਲਿਸ ਜਿਹੜੀ ਹੈਗੀ ਗੁਰੂ ਸਾਹਿਬ ਨੂੰ ਲੈ ਕੇ, ਜਿੱਥੋਂ ਤੱਕ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਹੈ, ਅਸੀਂ ਗੁਰੂ ਸਾਹਿਬ ਦੀ ਬਰਾਤ ਦੇ ਨਾਲ ਨਾਲ ਜਾਵਾਂਗੇ ਔਰ ਪੂਰੀ ਸੁਰੱਖਿਆ ਦੇਵਾਂਗੇ। ਹਰ ਸਾਲ ਇਹ ਹਰ ਸਾਲ ਇਸੇ ਤਰ੍ਹਾਂ ਹੁੰਦਾ। ਇਸ ਸਾਲ ਵੀ ਪੂਰੇ ਉਤਸ਼ਾਹ ਦੇ ਨਾਲ ਗੁਰੂ ਜੀ ਦੀ ਬਰਾਤ ਨੂੰ ਸਵਾਗਤ ਕੀਤਾ ਗਿਆ। ਦਾਸ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਈ ਹੋਈ ਬਰਾਤ ਦਾ ਮੈਂ ਪ੍ਰਸ਼ਾਸਨ ਵੱਲੋਂ ਨਾਕਾ ਬਿਆਸ ਹਾਰਦਿਕ ਸਵਾਗਤ ਕਰਦਾ। ਮੈਂ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਬਰਾਤ ਉਤਸਵ ਦੀਆਂ ਵਧਾਈਆਂ ਦਿੰਦਾ ਔਰ ਆਪਣੇ ਜ਼ਿਲ੍ਹੇ ਵਿੱਚ ਆਉਣ 'ਤੇ ਜੀਆਂ ਆਖਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਜਿਵੇਂ ਹੀ ਗੁਰੂ ਸਾਹਿਬ ਦੀ ਬਰਾਤ ਪਹੁੰਚੀ, ਪੁਲਿਸ ਪ੍ਰਸ਼ਾਸਨ ਨੇ ਸਲਾਮੀ ਦੇ ਕੇ ਆਪਣਾ ਫਰਜ਼ ਅਦਾ ਕੀਤਾ ਔਰ ਹਾਰਦਿਕ ਸਵਾਗਤ ਕੀਤਾ ਕਿ ਸਾਡੇ ਜ਼ਿਲ੍ਹੇ ਵਿੱਚ ਗੁਰੂ ਜੀ ਦੀ ਬਰਾਤ ਆਈ ਹੈ। ਹੁਣ ਕਿੱਥੋਂ ਤੱਕ ਪੰਜਾਬ ਪੁਲਿਸ ਜਿਹੜੀ ਹੈਗੀ ਗੁਰੂ ਸਾਹਿਬ ਨੂੰ ਲੈ ਕੇ, ਜਿੱਥੋਂ ਤੱਕ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਹੈ, ਅਸੀਂ ਗੁਰੂ ਸਾਹਿਬ ਦੀ ਬਰਾਤ ਦੇ ਨਾਲ ਨਾਲ ਜਾਵਾਂਗੇ ਔਰ ਪੂਰੀ ਸੁਰੱਖਿਆ ਦੇਵਾਂਗੇ। ਹਰ ਸਾਲ ਇਹ ਹਰ ਸਾਲ ਇਸੇ ਤਰ੍ਹਾਂ ਹੁੰਦਾ। ਇਸ ਸਾਲ ਵੀ ਪੂਰੇ ਉਤਸ਼ਾਹ ਦੇ ਨਾਲ ਗੁਰੂ ਜੀ ਦੀ ਬਰਾਤ ਨੂੰ ਸਵਾਗਤ ਕੀਤਾ ਗਿਆ।